अज अपने को सैमसंग M02 जिसका टच गला टुटा है, इसका आप टच गला चेंज करा डिस्प्ले पर आप पहले टच चेक करा, टच अपनी प्रॉपर वर्क है। तो ये देख सकते हो उपरों इसका सारा गला टुटा हुआ है। पहले आप सैड का बैक ढक्कन रिमूव करा, चारों पास इस ओपनिंग टूल की मदद आप ढक्कन रिमूव करा, थोड़ा थोड़ा करके अपना बैक ढक्कन ओपन हो चुका है। हुण इस दे बैक पैनल दे जिन्ने भी स्क्रू वगैरह ने वो आप सारे खोलेंगे, उस तो बाद इस दे डिस्प्ले वगैरह खोलेंगे। इसका जिहड़ा चार्जिंग पत्ता वो भी डिस्प्ले थ्रू ही हुंदा है, उसनों भी अलग करा। हुण सैट नूं आपां हीट करांगे 80 डिग्री ते 10 मिनट दे लई हीट करांगे सैट नूं। ये थोड़ा जिहा आपां केमिकल आउंदा है मकैनिक दा, ये आपां सैटां ते थोड़ा थोड़ा पावांगे जिस नाल जिहड़ा इसका ग्लू है नरम पै जाएगा अते हीट दे नाल डिस्प्ले बड़ी आसानी नाल बाहर आ जाएगी। हुण अपना जिहड़ी साइड तों ग्लास हफ्ता है जिथों नहीं टुटा उत्थे आपां ब्लेड फसा के इसनूं चक्कांगे ते प्लास्टिक दी पन्नी नूं इहदे विच फसावांगे ते थोड़ी जिही पन्नी नूं विच करके आपां उत्थों तों ग्लू जिहड़ा साइड तों कढ देणा है। बाद विच आपां पन्नी नूं जिहड़ी फसा दे विच पा लेंगे ते साइडां तों सारा ग्लू कढदे जावांगे इसदा। आपां देखणा अपना कोई ज़्यादा जोर ना लगे, नहीं तां डिस्प्ले उपरों टुट जिथों क्रैक है उत्थों तों डिस्प्ले टुट जाती है। अपनी डिस्प्ले फ्रेम चो बाहर आ गई है। हुण इसका आपां जिहड़ा ग्लास है वह अलग करांगे, इस दे लई आपां इसनूं वैक्यूम दे थ्रू इसनूं मशीन ते चिपकावांगे ते पहलां इसदा फ्लैक्स वाला पत्ता अलग करांगे। हीट करके थोड़ा थोड़ा करके आपां इस पत्ते नूं खिंचांगे, एकदम खिंचण नाल पत्ता टुट जाएगा। हुण इस दे ग्लास ते टच दे विचकार आपां इक पेपर वसावांगे जिस नाल अपना पोलराइजर फिल्म ना कट होवे ते अपनी डिस्प्ले प्रॉपर सही रहे ते आसानी नाल अलग हो जाए। हुण आपां 0.4 बायर की मदद नाल इसका जिहड़ा ग्लू कटांगे। ਬਾਇਰ ਨੂੰ ਆਪਾਂ ਚਲਾਉਂਦੇ ਚਲਾਉਂਦੇ ਪਿੱਛੇ ਨੂੰ ਖਿੱਚਾਂਗੇ, ਇੱਕਦਮ ਜੇ ਆਪਾਂ ਇਸ ਨੂੰ ਬੈਕ ਖਿੱਚਦੇ ਨੇ ਇਸ ਦੇ ਵਿੱਚ ਬਲੈਕ ਡੋਟ ਆ ਜਾਣੇ ਆ। ਆਪਾਂ ਨੇ ਹੁਣ ਇਹਨੂੰ ਹੌਲੀ ਹੌਲੀ ਕਰਕੇ ਸਾਰਾ ਗਲਾਸ ਇਹਦਾ ਕੱਟ ਕਰ ਲਾਂਗੇ ਅਤੇ ਹੁਣ ਡਿਸਪਲੇ ਦੇ ਉੱਤੋਂ ਆਪਾਂ ਜਿਹੜਾ ਇਹਦਾ ਉਸੇ ਗਲੂ ਵਗੈਰਾ ਸਾਰਾ ਉਤਾਰ ਦੇਵਾਂਗੇ। ਇੱਥੇ ਆਪਾਂ ਟੇਪ ਨਹੀਂ ਲਗਾਈ ਸੀ, ਆਪਾਂ ਵੈਸੇ ਹੀ ਥੱਲਿਓਂ ਗਲਾਸ ਆਪਤਾ ਸੀ ਵੈਕਿਊਮ 'ਤੇ ਚਿਪਕ ਜਾਣਾ ਸੀ ਇਸ ਲਈ ਆਪਾਂ ਲਾਤਾ ਸੀ। ਉੱਪਰਲੇ ਕਿਨਾਰੇ 'ਤੇ ਥੋੜ੍ਹਾ ਥੋੜ੍ਹਾ ਗਲਾਸ ਚਿਪਕਿਆ ਰਹਿ ਗਿਆ ਸੀ, ਇਸ ਨੂੰ ਆਪਾਂ ਉਸੇ ਇਹਦੇ ਨਾਲ ਜਿਹੜਾ ਪਿੱਛੇ ਵਾਲਾ ਪੇਪਰ ਹੁੰਦਾ ਉਸਦਾ ਉਸਦੀ ਮਦਦ ਨਾਲ ਉਤਾਰ ਲਾਂਗੇ। ਹੁਣ ਡਿਸਪਲੇ ਨੂੰ ਆਪਾਂ ਵੈਕਿਊਮ 'ਤੇ ਚਿਪਕਾਵਾਂਗੇ, ਦੇਖ ਸਕਦੇ ਹਾਂ ਆਪਣਾ ਸਾਰਾ ਗਲਾਸ ਉੱਤਰ ਚੁੱਕਿਆ ਹੈ ਅਤੇ ਕਿੰਨਾ ਬਰੀਕ ਉੱਪਰੋਂ ਟੁੱਟਿਆ ਹੋਇਆ ਸੀ ਥੱਲੇ ਸਾਫਤਾ ਸੀ ਗਲਾਸ, ਇਸ ਲਈ ਆਪਾਂ ਟੇਪ ਨਹੀਂ ਲਗਾਈ। ਹੁਣ ਆਪਾਂ ਟੂਲ ਦੀ ਮਦਦ ਨਾਲ ਇਸ ਦੇ ਉੱਤੋਂ ਸਾਰਾ ਉਸੇ ਗਲੂ ਜਿਹੜਾ ਹੈ ਰਿਮੂਵ ਕਰਾਂਗੇ, ਥੋੜ੍ਹਾ ਥੋੜ੍ਹਾ ਕਰਕੇ ਸਾਰਾ ਗਲੂ ਆਪਾਂ ਰਿਮੂਵ ਕਰ ਲਾਂਗੇ। ਡਿਸਪਲੇ 'ਤੇ ਆਪਾਂ ਪ੍ਰੈਸ਼ਰ ਨਹੀਂ ਪਾਉਣਾ, ਸਿਰਫ ਉੱਪਰ ਉੱਪਰ ਬਾਹਰ ਰੱਖਣੀ ਹੈ ਜਿਸ ਨਾਲ ਇਹਦਾ ਜਿਹੜਾ ਉਹ ਸੀ ਉਹ ਇਸ ਬਾਹਰ ਦੇ ਲਪੇਟ ਹੁੰਦਾ ਜਾਵੇਗਾ। ਪੱਤੇ ਕੋਲ ਆ ਕੇ ਆਪਾਂ ਥੋੜ੍ਹਾ ਧਿਆਨ ਰੱਖਣਾ ਹੈ, ਕਿਤੇ ਆਪਣਾ ਜੇ ਆਪਾਂ ਨਾ ਧਿਆਨ ਦਿੱਤਾ ਇਸ ਵਿੱਚ ਆਪਣਾ ਪੱਤਾ ਵੀ ਲਪੇਟ ਹੋ ਜਾਵੇਗਾ। ਇਹ ਨਿਊ ਉਸੇ ਵਿਦ ਗਲਾਸ ਹੈ, ਇਸ 'ਤੇ ਆਪਾਂ ਡਿਸਪਲੇ ਟਿਕਾਵਾਂਗੇ, ਚਾਰੇ ਪਾਸੇ ਪ੍ਰੋਪਰ ਕੋਰਨਰ ਛੱਡਾਂਗੇ ਅਤੇ ਇਸ ਨੂੰ ਮਸ਼ੀਨ ਦੇ ਵਿੱਚ ਹੁਣ ਆਪਾਂ ਪੰਚ ਕਰਾਂਗੇ। ਪੰਚ ਕਰਨ ਲਈ ਆਪਾਂ ਮੈਜਿਕ ਰਬੜ ਦੀ ਵਰਤੋਂ ਕਰਦੇ ਹਾਂ, ਇਸ ਦੇ ਵਿੱਚ ਡਿਸਪਲੇ ਵਿੱਚ ਡੈਮੇਜ ਹੋਣ ਦੇ ਚਾਂਸ ਬਹੁਤ ਜ਼ਿਆਦਾ ਘੱਟ ਨੇ। ਹੁਣ ਇਸ ਨੂੰ ਆਪਾਂ ਮਸ਼ੀਨ ਦੇ ਵਿੱਚ ਪੰਚਿੰਗ ਦੇ ਲਈ ਰੱਖਾਂਗੇ, 50 ਸੈਕਿੰਡ ਪੰਚਿੰਗ ਹੋਵੇਗੀ ਅਤੇ 25 ਸੈਕਿੰਡ ਵੈਕਿਊਮ ਹੋਵੇਗਾ। ਇਸ ਵਿੱਚ ਫਲੈਕਸ ਪੱਤੇ ਨੂੰ ਆਪਾਂ ਉੱਪਰ ਦੀ ਸਾਈਡ ਕਰਾਂਗੇ ਅਤੇ ਮਸ਼ੀਨ ਨੂੰ ਸਟਾਰਟ ਕਰ ਦੇਵਾਂਗੇ। ਤੁਸੀਂ ਦੇਖ ਸਕਦੇ ਹੋ ਆਪਣੀ ਮਸ਼ੀਨ ਸਟਾਰਟ ਹੋ ਗਈ ਹੈ, ਵੈਕਿਊਮ ਕ੍ਰੀਏਟ ਹੋਣਾ ਸ਼ੁਰੂ ਹੋ ਗਿਆ ਹੈ। ਜਦ ਤੱਕ ਆਪਣੀ ਡਿਸਪਲੇ ਪੰਚ ਹੋ ਰਹੀ ਹੈ ਆਪਾਂ ਇਸ ਦੇ ਫਰੇਮ ਵਿੱਚ ਗਲੂ ਲਾ ਲਵਾਂਗੇ। ਆਪਾਂ ਮਕੈਨਿਕ ਦਾ ਗਲੂ ਯੂਜ ਕਰਦੇ ਹਾਂ ਜੀ ਆਹ ਵਾਲਾ, ਇਸ ਨਾਲ ਫਿਨਿਸ਼ਿੰਗ ਬਹੁਤ ਸੋਹਣੀ ਆਵੇਗੀ। ਇਹ ਪ੍ਰੋਪਰ ਓਰੀਜਨਲ ਟਾਈਪ ਗਲੂ ਹੈ, ਸਾਰੀਆਂ ਸਾਈਡਾਂ 'ਤੇ ਆਪਾਂ ਗਲੂ ਨੂੰ ਲਾਵਾਂਗੇ, ਕੋਈ ਵੀ ਕਿਤੋਂ ਵੀ ਕਿਨਾਰਾ ਛੱਡਾਂਗੇ ਨਹੀਂ, ਇੱਕਦਮ ਦੇਖ ਕੇ ਆਪਾਂ ਹੌਲੀ ਹੌਲੀ ਸਾਰੇ ਪਾਸੇ ਇੱਕੋ ਜਿਹਾ ਗਲੂ ਲਾਉਣਾ ਹੈ। ਹੁਣ ਆਪਾਂ ਡਿਸਪਲੇ ਇਸਦੇ ਵਿੱਚ ਪਾ ਕੇ ਹੁਣੇ ਹੀ ਇਸੇ ਗਲੂ ਨੂੰ ਸਾਫ਼ ਕਰਾਂਗੇ ਜਿਹੜਾ ਵਾਧੂ ਐਕਸਟਰਾ ਹੈ, ਨਹੀਂ ਤਾਂ ਇਹ ਬਾਅਦ ਵਿੱਚ ਕਲੀਨ ਨਹੀਂ ਹੁੰਦਾ, ਇਹ ਬਹੁਤ ਹੀ ਔਖਾ ਕਲੀਨ ਹੁੰਦਾ ਹੈ ਬਾਅਦ ਵਿੱਚ ਇਹ ਗਲੂ। ਹੁਣ ਇਸਦੇ ਬੈਕ ਪੈਨਲ ਵਗੈਰਾ ਸਾਰੇ ਆਪਾਂ ਲਗਾ ਦੇਵਾਂਗੇ ਅਤੇ ਸਾਰੇ ਸਕਰੂ ਵਗੈਰਾ ਇਸਦੇ ਟਾਈਟ ਕਰ ਦਾਂਗੇ ਅਤੇ ਹੁਣ ਇਸ ਨੂੰ ਆਪਾਂ ਪਾਣੀ ਆ ਬਣਾਈ ਹੋਈ ਮਸ਼ੀਨ ਦੇ ਵਿੱਚ ਰੱਖਾਂਗੇ ਜਿਹਦੇ ਨਾਲ ਆਪਾਂ ਰਾਊਡ ਬੈਂਡ ਪਾਉਣ ਦੀ ਕੋਈ ਲੋੜ ਨਹੀਂ ਪੈਂਦੀ। ਇਸ ਨੂੰ ਆਪਾਂ ਇਸਦੇ ਵਿੱਚ ਰੱਖ ਕੇ 1/2 ਘੰਟੇ ਲਈ ਛੱਡਾਂਗੇ ਅਤੇ ਉੱਪਰੋਂ ਸਕਰੂ ਟਾਈਟ ਕਰਦੇ ਹਾਂ ਜਿਸ ਨਾਲ ਡਿਸਪਲੇ 'ਤੇ ਸਾਰੇ ਪਾਸੇ ਇੱਕੋ ਜਿਹਾ ਭਾਰ ਪਵੇਗਾ। ਇਹ ਉੱਪਰ ਥੱਲੇ ਦੋਨੇ ਪਾਸੇ ਬਲੈਕ ਵਾਲੇ ਸੌਟ ਮੈਟ ਨੇ ਇਹਦੇ, ਇਹਦੇ ਵਿੱਚ ਆਪਾਂ ਇਸ ਨੂੰ 1/2 ਘੰਟੇ ਲਈ ਛੱਡਾਂਗੇ ਅਤੇ ਆਪਣੀ ਡਿਸਪਲੇ ਪੂਰੀ ਫਿੱਟ ਹੋ ਜਾਵੇਗੀ। ਅਤੇ ਦੇਖ ਸਕਦੇ ਡਿਸਪਲੇ ਆਪਣੀ ਫਿੱਟ ਹੋ ਗਈ ਹੈ, ਸੈਟ ਆਪਣਾ ਔਨ ਹੈ। ਹੁਣ ਇਸਦੇ ਆਪਾਂ ਟੱਚ ਵਗੈਰਾ ਚੈੱਕ ਕਰਾਂਗੇ, ਟੱਚ ਵਰਕਿੰਗ ਆ ਪ੍ਰੋਪਰ, ਹਾਂਜੀ ਟੱਚ ਆਪਣੀ ਬੜੀ ਸੋਹਣੀ ਚੱਲ ਰਹੀ ਹੈ ਅਤੇ ਦੇਖੋ ਕਿਤੇ ਵੀ ਕੋਈ ਵੀ ਵਾਈਟ ਨਿਸ਼ਾਨ ਨਹੀਂ ਬਣਿਆ ਜਿਹੜਾ ਰਬੜ ਬੈਂਡ ਨਾਲ ਬਣਦਾ ਹੈ।